ਇਹਨਾਂ ਕੋ ਪਤਾ ਸਿੱਖ ਜਦੋਂ ਗਿਆ ਹੈ ਨਾ ਹਾਂਜੀ ਤੇ ਵਜਾਮਾਬਾਦ ਚਟਾ ਗਿਆ ਤੇ ਦੁਨੀਆਂ ਵਾਲੇ ਤੇ ਫਿਰ ਉਹ ਕਿਲਤੇ ਆ ਕਿਲਤੇ ਆ ਅੰਬਾਈ ਚਿੱਟੀ ਕਰਾ ਨੀ ਉਹ ਤੇ ਜਸਾ ਸਾਦਾ ਹਾਂਜੀ ਠੀਕ ਹੈ ਠੀਕ ਮੋਟੇ ਮੋਟੇ ਨਾਂ ਦੇ ਇੱਕ ਦਾ ਨਾਂ ਸੀ ਸਾਧੂ ਜੀ 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 ਤੇ ਇੱਕ ਦੇ ਨਾਂ ਅਰੂੜਾ ਸਿੰਘ ਜੀ ਹਾਂਜੀ ਇੱਕ ਸਰਬੰਦੇ ਸਿੰਘ ਹੁੰਦਾ ਸੀ ਉਹ ਬੋਤਲ ਪੂਰੀ ਪੀ ਜਾਂਦਾ ਤੇ ਭੰਗੜਾ ਮਾਰ ਹਾਂ ਚਾਚਾ ਜੀ ਤੁਹਾਡਾ ਨਾਂ ਕੀ ਹੈ ਸਹੀ ਹੈ ਅੱਬਾ ਜੀ ਦਾ ਨਾਂ ਕੀ ਸੀ ਨਜ਼ੀਰ ਅਹਿਮਦ ਜੀ ਸਹੀ ਹੈ ਤੇ ਦਾਦੇ ਹੋਰਾਂ ਦਾ ਨਾਂ ਉਹ ਬਹੁਤ ਬਖਸ਼ ਅੰਦਾਜ਼ ਸਹੀ ਜਾਤ ਕਿਹੜੀ ਹੈ ਤੁਹਾਡੀ ਹਾਂਜੀ ਜਾਤ ਜੱਟ ਵੜਾਇਆ ਚੰਦ ਸਹੀ ਹੈ ਤੇ ਜਿਹੜਾ ਇਹ ਪਿੰਡ ਹੈ ਤੁਹਾਡਾ ਇਹਦਾ ਨਾਂ ਕੀ ਹੈ ਇਹਦਾ ਨਾਂ ਮਟਿਆਲਾ ਵੜਾਇਆ ਚੰਦ ਜੀ ਇਹਦਾ ਜ਼ਿਲ੍ਹਾ ਕਿਹੜਾ ਹੈ ਇਹਦਾ ਜ਼ਿਲ੍ਹਾ ਤੇ ਇੱਧਰ ਦਾ ਇਹ ਕੁੜਾ ਦੇ ਤੁਸੀਂ ਹੁਣ ਕਿੰਨੀ ਕੁ ਉਮਰ ਦੇ ਹੋ ਮੇਰੀ ਜੀ ਹਾਂਜੀ ਤੇ ਮੈਂ ਵੀ ਤਾਂ ਝੂਠ ਮਾਰਾ ਜੀ ਉਦੋਂ ਨਾਮ ਪੜ੍ਹਿਆ ਤਾ ਨਾ ਹਾਂਜੀ ਤੇ ਉਹਨੇ ਇਹਨਾਂ ਕੋ ਪਤਾ ਸਿੱਖ ਜਦੋਂ ਗਿਆ ਹੈ ਨਾ ਹਾਂਜੀ ਤੇ ਵਜਾਮਾਬਾਦ ਚਟਾ ਗਿਆ ਸੀ ਦੁਨੀਆਂ ਵਾਲੇ ਤੇ ਫਿਰ ਉਦੋਂ 20-22 ਸਾਲਾਂ ਦੇ ਹੈ ਸੋ ਉਦੋਂ ਹਾਂ ਇਹਨੇ ਤੇ ਕਹਿੰਦੀ ਮੇਰੀ ਮੈਨੂੰ ਪਤਾ ਹੈ ਜੀ ਉਦੋਂ ਹਾਂ ਸਹੀ ਹੈ ਸਿੱਖ ਤੂੰ ਗਿਆ ਤੂੰ ਜਸਾ ਗਿਆ ਮੈਂ ਵਜਾਮਾਬਾਦ ਦੀ ਤੇ 47 ਤੋਂ ਪਹਿਲਾਂ ਇਸ ਪਿੰਡ ਵਿੱਚ ਸਕੂਲ ਆਇਆ ਸੀ ਸਕੂਲ ਆਇਆ ਸੀ ਜੀ ਹਾਂਜੀ ਸਹੀ ਹੈ ਕਿਨ ਤੁਸੀਂ ਸਕੂਲ ਪੜ੍ਹੇ ਹੋ ਮੈਂ ਜੀ ਕਿਤੇ ਸਹੀ 47 ਤੋਂ ਪਹਿਲਾਂ ਇਸ ਪਿੰਡ ਚ ਕਿਹੜੀ ਕਿਹੜੀਆਂ ਬਲਾਦਰੀਆਂ ਰਹਿੰਦੀਆਂ ਸਨ ਸਿੱਖਾਂ ਦੇ ਕਿੰਨੇ ਕੁ ਘਰ ਸਨ ਪਿੰਡ ਵਿੱਚ ਅੰਦਾਜ਼ਨ ਪਿੰਡ ਵਾਈ ਹਾਂ ਪਿੰਡ ਹਾਂਜੀ ਉਹਨਾਂ ਦੇ ਔਰ ਘਰ ਤੋਂ ਕਮ ਸੇ ਕਮ 3 ਸਨ ਐਸਾ ਨੂੰ ਵੱਡੇ ਵੱਡੇ ਵੀ ਛੋਟੇ ਅਖਬਾਰ ਸਿੰਘ ਵੀ ਹੋਇਆ ਦੇਵਾ ਸਿੰਘ ਵੀ ਹੋਇਆ ਸਾਧੂ ਸਿੰਘ ਵੀ ਹੋਇਆ ਵਾਹ ਘਰ ਹੁੰਦੇ ਹਨ ਹਾਂਜੀ ਹਾਂ ਜਿਨ ਜਿਹੜੇ ਕਰਤਾ ਦਰਤਾ ਜਿਹੜੇ ਵੱਡੇ ਸਿੱਖ ਸਨ ਨਾ ਉੱਚੀ ਸਿਰ ਪੱਗ ਵਾਲੇ ਉਹਨਾਂ ਦੇ ਮੈਨੂੰ ਨਾਂ ਦੱਸ ਦਿਓ ਹਾਂ ਉਹਨਾਂ ਦੇ ਮੋਟੇ ਮੋਟੇ ਨਾਂ ਦੇ ਇੱਕ ਦਾ ਨਾਂ ਸੀ ਸਾਧੂ ਜੀ 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 ਤੇ ਇੱਕ ਦੇ ਨਾਂ ਅਰੂੜਾ ਸਿੰਘ ਜੀ ਹਾਂਜੀ ਇੱਕ ਸਰਬੰਦੇ ਸਿੰਘ ਹੁੰਦਾ ਸੀ ਉਹ ਬੋਤਲ ਪੂਰੀ ਪੀ ਜਾਂਦਾ ਤੇ ਭੰਗੜਾ ਮਾਰ ਸਹੀ ਹੈ ਸਹੀ ਹੈ ਸਹੀ ਠੀਕ ਤੇ ਇੱਕ ਡੱਬਾ ਸਿੰਘ ਹੁੰਦਾ ਸੀ ਨਾਂ ਤਾਂ ਬਥੇਰਿਆਂ ਦੇ ਜਾਂ ਪੁਰਾਣੇ ਵਕਤ ਦੇ ਨਾਂ ਦੇ ਸਹੀ ਠੀਕ ਤੇ ਜਿਹੜੇ ਕੋਈ ਮਸ਼ਹੂਰ ਖੂਹ ਸਨ ਉਸ ਵੇਲੇ ਪਿੰਡ 'ਚ ਉਹ ਇੱਕ ਮਲਾਲ ਹੁੰਦਾ ਸੀ ਉਹ ਤਾਂ ਤੈਨੂੰ ਪਤਾ ਹੁਣ ਤੱਕ ਤੇ ਇੱਕ ਸੁਨਾਰਾ ਵਾਲਾ ਹੁੰਦਾ ਸੀ ਜੀ ਤੇ ਇੱਕ ਜੰਡ ਵਾਲਾ ਹੁੰਦਾ ਸੀ ਤੇ ਇੱਕ ਇੱਥੇ ਨੰਬਰ ਦੇ ਖੂਹ ਦੇ ਕੋਲ ਹੁੰਦਾ ਸੀ ਉਹਦਾ ਨਾਮ ਤਾਂ ਮੈਨੂੰ ਯਾਦ ਆਉਂਦਾ ਉਹ ਨੰਬਰ ਜਿੱਥੇ ਹੁੰਦਾ ਸੀ ਨਾ ਨਾਲ ਉੱਥੇ ਵੀ ਇੱਕ ਸਿੱਖ ਹੁੰਦਾ ਸੀ ਤੋਂ ਅਤੇ ਪਿੰਡ ਦੇ ਨੰਬਰਦਾਰ ਕਿੰਨੇ ਸਨ ਨੰਬਰਦਾਰ ਇੱਕ ਬਾਬਾ ਹਕਮ ਬਾਅਦ ਹੀ ਬਣਿਆ ਸੀ ਅਤੇ ਇੱਕ ਚਾਚਾ ਅਲੀ ਮੁਹੰਮਦ ਹੁੰਦਾ ਇਕੱਲਾ ਸਾਨੂੰ ਮੈਨੂੰ ਤਾਂ ਮਲੂਮ ਹੁੰਦਾ ਉਹ ਕੁਝ ਨਹੀਂ ਹੁੰਦਾ ਸੀ ਪਿੰਡ 'ਚ ਚੌਕੀ ਜਿਮੀ ਪੋਏ ਕਿਹਦੀ ਸੀ ਉਸ ਵੇਲੇ ਔਰ ਜਮੀਨ ਹਾਂਜੀ ਉਹਦੇ 'ਤੇ ਜ਼ਿਆਦਾ ਤਾਂ ਹੁਣ ਉਹ ਤਾਸਾਂ ਦੀ ਸੀ ਜੀ ਜੀ ਅਤੇ ਪਹਿਲਾਂ ਜਿਹੜਾ ਨਾ ਉਦੋਂ ਕੁੱਤਾ ਪੈ ਜਾਂਦਾ ਕੁੱਪੰਜਾ ਪੈ ਜਾਂਦਾ ਛੋਟੇ ਛੋਟੇ ਜਿਮੀਦਾਰ ਸਨ ਇੱਥੇ ਹੁੰਦੇ ਸਾਧਕ ਉਹ ਨਹੀਂ ਕੋਈ ਐਸੀ 10-15 ਪੈ ਜਾਂਦੇ ਉਹ ਖਜ਼ਾਨ 'ਚ ਜਿੰਨਾ ਦਿੰਦਾ ਠੀਕ ਅਤੇ ਸਿੱਖਾਂ 'ਚ ਕਿਹਦੀ ਬਹੁਤੀ ਜ਼ਮੀਨ ਸੀ ਸਿੱਖਾਂ 'ਚ ਜੀ ਏਡਾ ਤਾਂ ਮੈਂ ਝੂਠ ਪਿਆ ਮੈਂ ਮਾਰਾਂ ਇੰਨਾ ਹੀ ਹੁੰਦਾ ਤਾਂ ਦਰਬਾਰ ਜੀ ਤਾਂ ਹੁੰਦਾ ਸੀ ਇੱਕ ਹਾਂਜੀ ਉਹਦਾ ਵੀ ਕੋਈ 10-15 ਕੁ ਪੈਣੀਆਂ ਨਾ ਅਜੇ ਵੀ ਪਲਾਟ ਹਾਂ ਅਤੇ ਉਦੋਂ ਵੀ ਇਸ ਹਿਸਾਬ ਦੇ ਹੁੰਦੇ ਕਿਸੇ ਦੀ 5 ਪੈਣੀਆਂ ਕਿਸੇ ਦੀ 10 ਪੈਣੀਆਂ ਕਿਸੇ ਦੀ ਕੋਈ ਵੀ ਨਹੀਂ ਹੁੰਦੀ ਸਾਡੀ 5 ਪੈਣੀਆਂ ਸੀ
ਗੁਰਦੁਆਰਾ ਹੈ ਸੀ ਉਹਨਾਂ ਦਾ ਗੁਰਦੁਆਰਾ ਮਰਾ ਸੀ ਉਹਨੂੰ ਵੀ ਉਹ ਮੰਨ ਹੁੰਦਾ ਦੇਵਾ ਇੱਥੇ ਦੇਵਾ ਉਹਨੂੰ ਵੀ ਦੇਵਾ ਦੇਵਾ ਬਾਲ ਦਿੰਦਾ ਅਤੇ ਦੋਨੇ ਪੇਰੇ ਉਹਦੇ ਵੀ ਹੁੰਦੇ ਨੇ ਜਿਹੜੀ ਵਿਆਹ ਸ਼ਾਦੀ ਹੁੰਦਾ ਅਤੇ ਜੰਜਾਂ ਰਾਤ ਵੀ ਰਹਿੰਦੀਆਂ ਸਨ ਉਦੋਂ ਜੰਜਾਂ ਉਦੋਂ ਰਾਤ ਰਹਿੰਦੀਆਂ ਸਨ ਜਾ ਕੇ ਆਹੋ ਉਦੋਂ ਜ਼ਿਆਦਾ ਰਾਤਾਂ ਰਹਿੰਦੀਆਂ ਸਹੀ ਅਤੇ ਤੁਹਾਨੂੰ ਸਾਰਿਆਂ ਨੂੰ ਪਤਾ ਲਾ ਹਾਂਜੀ 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 ਠੀਕ ਅਤੇ ਖਾਣ ਪੀਣ ਕਿਵੇਂ ਹੁੰਦਾ ਸੀ ਵਿਆਹਾਂ 'ਤੇ ਉਦੋਂ ਉਹ ਖਾਣ ਪੀਣ ਦਾ ਪਤਾ ਜਿਹੜੇ ਜਟਕੇ ਵਾਲੇ ਹਿਸਾਬ ਹੁੰਦਾ ਚੌਲ ਵਾਲਵੇਂ ਹੋਣੇ ਨਾ ਹਾਂਜੀ ਅਤੇ ਬਾਲਟੀਆਂ ਘਿਓ ਪਾ ਲੈਣਾ ਕਰਨਾ ਹਾਂਜੀ ਅਤੇ ਉਹਦੇ 'ਤੇ ਦੁੱਧ ਕੇ ਨਾਲ ਸ਼ੱਕਰ ਸ਼ੁੱਕਰ ਹੋ ਗਏ ਐਡੇ ਫੈਸ਼ਨ ਨਹੀਂ ਹਨ ਉਦੋਂ ਸਾਦੇ ਕੰਮ ਦਾ ਪਤਾ ਹਾਂਜੀ ਠੀਕ ਅਤੇ ਕੌਡੀ ਖੇਡੀ ਜਾਂਦੀ ਸੀ ਪਿੰਡ 'ਚ ਕੌਡੀ ਹੁੰਦੀ ਸੀ ਉਦੋਂ ਬੜੀ ਕੌਡੀ ਹੁੰਦੀ ਸੀ ਅੱਠ ਅੱਧਾ ਪਿੰਡਾਂ 'ਚ ਮੈਂ ਮੰਨਿਆ ਸਾਨੀ ਅੱਛਾ ਆਹ ਜਿਹੜੇ ਨੇੜੇ ਨੇੜੇ ਦਾ ਸਹੀ ਹੈ ਉਹ ਮੇਰੇ ਅੱਗੇ ਨਹੀਂ ਸੀ ਕਲੋਂਦਾ ਦਾ ਅੰਜ ਰੇਟ ਸ਼੍ਰੀ ਦਾ ਕਬੱਡੀ ਹੁੰਦੀ ਸੀ ਸਹੀ ਹੈ ਸਹੀ ਕੁਸ਼ਤੀਆਂ ਵੀ ਹੁੰਦੀਆਂ ਹੁੰਦੀਆਂ ਹਨ ਅਤੇ ਹੁਣ ਤਾਂ ਉਹ ਪਤਾ ਜੇ ਪੈਸਾ ਤਾਂ ਹੁੰਦੀਆਂ ਨਾ ਹਾਂਜੀ ਉਦੋਂ ਪਿੰਡ ਲੱਗਾ ਹੋ ਗਈ ਹੈ ਕਿਤੇ ਰੁਪਈਆ ਦੇ ਛੱਡਿਆ ਕਿਤੇ ਨਹੀਂ ਦਿੱਤਾ ਅਤੇ ਉਹਨਾਂ ਦੇ ਭਗਵਾਨ ਖੁਸ਼ ਹੋਇਆ ਹਾਂਜੀ 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 ਚਲੋ ਇਹਦੇ ਬਾਅਦ ਵਿੱਚ ਗੱਲ ਕਰਦੇ ਹਾਂ ਅਤੇ ਉਹਨਾਂ ਦਾ ਸਿੱਖਾਂ ਦਾ ਮੁਸਲਮਾਨਾਂ ਦੇ ਨਾਲ ਉਦੋਂ 47 ਤੋਂ ਪਹਿਲਾਂ ਵਰੀ ਵਰਤਨ ਕਿੰਝ ਦਾ ਸੀ ਪਿਆਰ ਮੁਹੱਬਤ ਕਿੰਝ ਦਾ ਸੀ ਉਹਨਾਂ ਦਾ ਉਹਨਾਂ ਦਾ ਜੀ ਬੜਾ ਪਿਆਰ ਮੁਹੱਬਤ ਉਹ ਜਿਹੜੇ ਵੱਡੇ ਵੱਡੇ ਸਨ ਜੀ ਜੀ ਉਹ ਸਾਡੇ ਮੁਸਲਮਾਨਾਂ ਦੇ ਵਿੱਚ ਉਹਨਾਂ ਦਾ ਬੜਾ ਪਿਆਰ ਹੁੰਦਾ ਸੀ ਉਹ ਮੰਨੇ ਜਾਂਦੇ ਇੱਕ ਵਾਰ ਇਸ ਤਰ੍ਹਾਂ ਝਗੜਾ ਹੋ ਗਿਆ ਸੀ ਅਤੇ ਸਾਡੇ ਵਡੇਰਾਂ ਨੇ ਆ ਕੇ ਉੱਥੇ ਮੈਦਾਨ ਦੇ ਚਰਨਾਂ 'ਚ ਭੱਜ ਕੇ ਅੰਦਰ ਨਾ ਵੜ ਜਾਏ ਫਿਰ ਉਹਨਾਂ ਦੀ 16 ਸਾਲ ਹੋ ਗਈ ਤਾਂ ਉਹਨੂੰ ਉਹ ਵੀ ਨਿਆਣ ਕਰ ਦਿੰਦੇ ਸਹੀ ਗਾਂ ਗੂੰ ਵੀ ਨਿਆਣ ਕਰ ਦਿੰਦੇ ਪਿੰਡ ਦੇ ਵਿੱਚ ਉਹਨਾਂ ਨੂੰ ਕਿਸੇ ਨੇ ਉਹਨਾਂ ਦੀ ਕੁਛ ਨਹੀਂ ਸੀ ਆਖਿਆ ਆ ਨਹੀਂ ਕੋਈ ਨਹੀਂ ਸਹੀ ਹੈ ਇਹ ਤੋਂ ਭੈਣਾਂ ਭਰਾਵਾਂ ਵੀ ਉੱਥੋਂ ਹੀ ਸ਼ੁਰੂ ਹੋਇਆ ਉਹਨਾਂ 'ਚੋਂ ਤੁਹਾਡਾ ਯਾਰ ਦੋਸਤ ਕਿਹੜਾ ਸੀ ਜਿਹੜਾ ਤੁਹਾਡਾ ਯਾਰ ਦੋਸਤ ਸੀ ਉਹ ਸਾਡਾ ਯਾਰ ਦੋਸਤ ਅਤੇ ਇੱਕ ਹੁੰਦਾ ਸੀ ਅੰਬਰ ਸਿੰਘ ਜੀ ਜੀ ਅਤੇ ਇੱਕ ਹੁੰਦਾ ਸੀ ਸਾਧੂ ਜੀ ਜੀ ਅਤੇ ਇੱਕ ਹੁੰਦਾ ਸੀ ਉਹਦਾ ਭਰਾ ਉਹਦਾ ਨਾਮ ਭੁੱਲ ਗਿਆ ਉਹਨੂੰ ਦੱਸਿਆ ਨਿੰਮ ਵਾਲੇ ਥਾਂ ਉੱਥੇ ਉਹਨਾਂ ਦਾ ਪਰਾਖੇ 'ਤੇ ਰਾਖੂ ਹੁੰਦਾ ਅਤੇ ਉੱਥੇ ਆਪ ਟੁੱਟ ਜਾਂਦੇ ਅਤੇ ਬਾਬਾ ਚੰਗੀ ਭਾਈ ਮੈਨੂੰ ਹੋਸ਼ ਸੰਭਾਲ ਤਗੜਾ ਸਮਾਂ ਹਾਂਜੀ ਹਾਂਜੀ ਅਮਰ ਸਿੰਘ ਜਿਹੜਾ ਇਹ ਕਿਹਦਾ ਪੁੱਤਰ ਸੀ ਇਹ ਪੁੱਤਰ ਤੋਂ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਹੀ ਹੈ ਅਤੇ ਉਹ ਜਦੋਂ ਫਿਰ ਇੱਥੋਂ ਪਿੰਡ 'ਚੋਂ ਨਿਕਲ ਗਏ ਅਤੇ ਉਦੋਂ ਤੁਹਾਨੂੰ ਉਹ ਮਿਲ ਕੇ ਗਿਆ ਸੀ ਅਮਰ ਸਿੰਘ ਜਿਹੜਾ ਜਾਂ ਉਹ ਦੂਸਰੇ ਯਾਰ ਦੋਸਤ ਉਹ ਤਾਂ ਮਿਲੇ ਸਨ ਹਾਂਜੀ ਸਹੀ ਹੈ ਇੱਥੋਂ ਤਾਂ ਖੈਰੀ ਮੈਰੀ ਜੀ ਭੈਣਾਂ ਭਰਾ ਨਹੀਂ ਵਿਦਿਆ ਕਰਦੇ ਜੀ ਹਾਂਜੀ ਹਾਂਜੀ ਇੱਥੋਂ ਇਹ ਸਾਡੇ ਪਿੰਡ ਦੇ ਨਹੀਂ ਗਏ ਸਨ ਸਹੀ ਉਹ ਚਿੱਟੀ ਘਰਾਂ ਤੋਂ ਉਹਨਾਂ ਕਿਵੇਂ ਦੱਸਿਆ ਨਾ ਹਾਂਜੀ ਉਹਦਾ 100 ਦਰਵਾਜ਼ਾ ਸੀ ਉਹਦੀ ਕੋਠੀ ਦਾ ਅਤੇ ਉਹ ਉਹਦੇ ਕੋਲ ਨਾ ਬੜਾ ਫਿਰ ਮੁਲਕ ਨੇੜੇ ਨੇੜੇ ਦਾ ਗਰੁੱਪ ਬਣਿਆ ਸੀ ਹਾਂਜੀ ਉੱਥੋਂ ਫਿਰ ਅੱਗੋਂ ਵੀ ਸ਼ੁਰੂ ਉਹ ਮਾਰਦੇ ਰਿਹਾ ਕੋਈ ਖੱਪਦੇ ਰਿਹਾ ਕੋਈ ਕੀ ਕਰਦਾ ਅੱਛਾ ਉਸ ਵੇਲੇ ਕੋਈ ਮੇਲਾ ਲੱਗਦਾ ਸੀ ਪਿੰਡ 'ਚ ਮੇਲਾ ਲੱਗਦਾ ਸੀ ਜੀ ਹਾਂਜੀ ਉਹ ਸਾਡੇ ਪਿੰਡ ਤਾਰਾ ਨੇ ਉੱਥੇ ਖਿਆਲ ਲੱਗਦਾ ਹੁੰਦਾ ਸੀ ਉੱਥੋਂ ਦੇਖਿਆ ਹੋਵੇ ਬਦੋ ਕੀ ਜਾਂਦੇ ਹੁੰਦੇ ਜਾਂਦੇ ਉੱਥੇ ਉਹਨਾਂ ਦਾ ਸਿੱਖਾਂ ਦਾ ਨਾ ਉਹ ਗੁਰਦੁਆਰਾ ਜਾਂਦਾ ਸੀ ਤਲਾਬ ਬਣਿਆ ਜਾਂਦਾ ਸੀ ਉਹਦੇ 'ਚ ਵੀ ਕਈਆਂ ਨਹਾਉਣਾ ਸਿੱਖਾਂ ਸੁੱਖਾਂ ਅਤੇ ਮੁਸਲਮਾਨਾਂ ਨੂੰ ਜਾਣਾ ਅਤੇ ਮੇਲਾ ਲੱਗਣਾ ਉਹ ਖਾਣ ਪੀਣ ਤੂੰ ਮੈਂ ਜਿੰਨਾ ਕੁਝ ਤਗੜਾ ਮੇਲਾ ਬਦੋ ਕੀ ਲੱਗਦਾ ਹੁੰਦਾ ਸੀ ਹਾਂ ਤਗੜਾ ਮੇਲਾ ਵਾਹਵਾ ਲੱਗਦਾ ਸਹੀ ਹੈ ਅਤੇ ਜਦੋਂ ਇੱਥੋਂ ਤੁਰ ਗਏ ਸਨ ਅਤੇ ਫਿਰ ਪਰਤ ਕੇ ਕਿਉਂ ਇਹਨਾਂ 'ਚੋਂ ਪਿੱਛੇ ਪਿੰਡ ਵੇਖਣ ਆਇਆ ਆਹੋ ਕਈ ਆਏ ਨੇ ਜੀ ਸਹੀ ਹੈ ਉਹ ਕਈਆਂ ਦਾ ਮਾਲ ਟੱਪਿਆ ਸੀ ਕਈਆਂ ਨੇ ਉਹਨਾਂ ਦਿੱਤਾ ਸੀ ਉਹ ਕਰਦੇ ਰਹੇ ਨਾਲ ਪੁਲਿਸ ਆਉਂਦੇ ਹੁੰਦੇ ਸੀ ਫੌਜੀਆਂ ਦੇ ਉਹਨਾਂ ਦੇ ਡੋਗਰਿਆਂ ਦੇ ਸਹੀ ਹੈ ਉਹ ਨਾਲ ਲੈ ਕੇ ਆਉਂਦੇ ਹੁੰਦੇ ਅਤੇ ਉਹ ਫਿਰ ਉਹ ਮੈਨੂੰ ਦਿੱਤਾ ਉਹਨਾਂ ਨੇ ਕੋਈ ਉਹ ਫਿਰ ਲੈ ਕੇ ਜਾਂਦੇ ਹੁੰਦੇ ਬਾਅਦ ਸਹੀ ਹੈ ਸਹੀ ਠੀਕ ਅਤੇ ਅਮਰ ਸਿੰਘ ਵੀ ਕੌਡੀ ਖੇਡਦਾ ਸੀ ਨਹੀਂ ਨਹੀਂ
ਉਹਨਾਂ ਸਿੱਖਾਂ ਨੂੰ ਨਹੀਂ ਸੀ ਕੋਈ ਵੀ ਖੇਡਦਾ ਉਹਨੇ ਉਹ ਲੈ ਜਾਂਦੇ ਹੁੰਦੇ ਹੁਣ ਫਲਾਣਾ ਨੇ ਆਇਆ ਫਲਾਣਾ ਨੇ ਸਾਡਾ ਚਾਚਾ ਆਉਂਦਾ ਅਤੇ ਉਹਨੂੰ ਵੀ ਘੋੜੇ 'ਤੇ ਬਾ ਕੇ ਅਤੇ ਲੈ ਜਾਂਦੇ ਹੁੰਦੇ ਹਨ ਅਤੇ ਸਾਡਾ ਆਪਾਂ ਵੀ ਖਿਡਾਰੀ ਬੜਾ ਅੱਛਾ ਪਿੰਡ 'ਚ ਰੋਜ਼ ਖੜਾ ਲੱਗਦਾ ਸੀ ਉਦੋਂ ਹਾਂਜੀ ਖੜਾ ਰੋਜ਼ ਲੱਗਦਾ ਸੀ ਪਿੰਡ 'ਚ ਨਹੀਂ ਨਹੀਂ ਕੋਈ ਨਹੀਂ ਜੀ ਪੰਜ ਛੇ ਸਾਲੀ ਸਾਲ ਬਾਅਦ ਜਾਂਦਾ ਅਤੇ ਛਿੰਝਾਂ ਪੈਂਦੀਆਂ ਸਨ ਆਲੇ ਦੁਆਲੇ ਪਿੰਡਾਂ 'ਚ ਹਾਂਜੀ ਮਤਲਬ ਮੁਕਾਬਲੇ ਹੁੰਦੇ ਸਨ ਪਿੰਡਾਂ 'ਚ ਆਲੇ ਦੁਆਲੇ ਆਹੋ ਪਿੰਡਾਂ 'ਚ ਕੌਡੀ ਦਾ ਘੋਨਾ ਦਾ ਹੁੰਦਾ ਤਾਂ ਹੁੰਦਾ ਸੀ ਮੁਕਾਬਲਾ ਮੈਂ ਕਿਹਾ ਅੱਜ ਕੱਲ੍ਹ ਦੀ ਪਲਵਾਨੀ 'ਚ ਅਤੇ ਉਦੋਂ ਦੀ ਪਲਵਾਨੀ 'ਚ ਕੀ ਫਰਕ ਹੈ ਉਹ ਹੁਣ ਤਾਂ ਬੜਾ ਫਰਕ ਹੈ ਹਾਂ ਹੁਣ ਤਾਂ ਪੈਸੇ ਦਿੰਦੇ ਨਾ ਜੀ ਹਾਂਜੀ ਕੋਲ ਕਰਨ ਸਾਡੇ ਪਿੰਡ ਦੇ ਵੀ ਆਏ ਨੇ ਦੋ ਪੁੱਤਰ ਆ ਨਾ ਉਹ ਟਾਰਾਂ ਵਾਲਾ ਹਾਂਜੀ ਉੱਥੇ ਵੀ ਕਿਹਾ ਸਨ ਅਤੇ ਇੱਥੇ ਵੀ ਫਿਰ ਆਇਆ ਸਨ ਅਤੇ ਉਦੋਂ ਸਾਦਾ ਕੰਮ ਹੁੰਦਾ ਸੀ ਆ ਮੇਲਾ ਲੱਗਾ ਤੂੰ ਰੁਪਈਆ ਦੇ ਜਿਹੜਾ ਜੇ ਨਹੀਂ ਦਿੱਤਾ ਤਾਂ ਉਦੋਂ ਦਾ ਹਿਸਾਬ ਹੁੰਦਾ ਸਹੀ ਅਤੇ ਅੱਜ ਕੱਲ੍ਹ ਤਾਂ ਦਾਮ ਲੈਂਦੇ ਨੇ ਤੁਸੀਂ ਕੋਲ ਸ਼ੋਲ ਕਰਨ ਵਾਸਤੇ ਕਿੱਥੇ ਕਿੱਥੇ ਗਏ ਸੋ ਉਹਨਾਂ ਦਿਨਾਂ ਦੇ ਵਿੱਚ ਅਜੇ ਹੁਣ ਤੁਹਾਨੂੰ ਦੱਸਿਆ ਰਾਹ ਵਾਲੀ ਵੀ ਗਏ ਬੋਤਲ ਵਾਲੇ ਵੀ ਗਏ ਸਾਰਾ ਪਿੰਡਾਂ ਚ ਨਾ ਬਦੋ ਕੀ ਵੀ ਗਏ ਅਤੇ ਨੇੜੇ ਨੇੜੇ ਦੇ ਪਿੰਡ ਸਨ ਨਾ ਇਹਨਾਂ 'ਚ ਦਸ ਦਿਨ ਇੱਕ ਮਹੀਨੇ ਪਹਿਲਾਂ ਦੰਗਲ ਪਿੰਡਾਂ ਦਾ ਸਿਆਪੇ 'ਚ ਪਿੰਡਾਂ ਦਾ ਹਾੜ ਜਾੜਿਆ ਦਾ ਗੋਂਦਲਾ ਦਾ ਸਾਡੇ ਪਿੰਡ ਦਾ ਉਦੋਂ ਮਹੀਨੇ ਬਾਅਦ ਛੇ ਮਹੀਨੇ ਬਾਅਦ ਦੰਗਲ ਲੱਗ ਜਾਂਦਾ ਸਹੀ ਹੈ ਅਤੇ ਯੂਸਫ ਪਹਿਲਵਾਨ ਨੂੰ ਨਾਲ ਆਲੇ ਦੁਆਲੇ ਦੇ ਸਾਰੇ ਪਿੰਡ ਜਾਣਦੇ ਸਨ ਆਹੋ ਜੀ ਉਦੋਂ ਤਾਂ ਘੋਲ ਹੁੰਦਾ ਹੁੰਦਾ ਸੀ ਕਬੱਡੀ ਵੀ ਹੁੰਦੀ ਸੀ ਹਾਂ ਸਹੀ ਹੈ ਹੁਣ ਤਾਂ ਨਹੀਂ ਉਹ ਪੈਸੇ ਲੈਂਦੇ ਨੇ ਤੁਹਾਡੇ ਦੱਸਿਆ ਇੰਡੀਆ ਵੀ ਗਿਆ ਹਾਂ ਹਾਂ ਠੀਕ ਹੁਣ ਤਾਂ ਲੱਖ ਲੱਖ ਰੁਪਈਆ ਪੰਜਾਹ ਪੰਜਾਹ ਹਜ਼ਾਰ ਰੁਪਈਆ ਲੈਂਦੇ ਹਾਂ ਸਹੀ ਹੈ ਅਤੇ ਉਦੋਂ ਇਹ ਨਹੀਂ ਹੁੰਦਾ ਅੱਛਾ ਉਦੋਂ ਤੁਸੀਂ ਕਿੰਨਾ ਕੁ ਮਤਲਬ ਭਾਰ ਚੁੱਕ ਲੈਂਦੇ ਸੋ ਕਿੰਨਾ ਕੁ ਭਾਰ ਚੁੱਕ ਲੈਂਦੇ ਸੋ ਉਦੋਂ ਭਾਰ ਹਾਂ ਇੱਥੇ ਆਉਂਦਾ ਸੀ ਜਾਮਾ ਲੁਹਾਰ ਤਾਂ ਨਾ ਸੁਣੇ ਔਰ ਔਰ ਕੋਲ ਆਲਣ ਹੁੰਦੀ ਸੀ ਜੀ ਉਹ ਜਿਹੜੇ ਉਹ ਤਰਾਮਾਂ ਦੀ ਹੁੰਦੀ ਸੀ ਔਰ ਜਦੋਂ ਮੈਂ ਜਾਣਾ ਨਾ ਰੱਖਣਾ ਭਲਵਾਨ ਉਹ ਜਦੋਂ ਵਖਣਾ ਨਾ ਉਹ ਮੈਂ ਚੁੱਕ ਕੇ ਅਤੇ ਬਾਲਾ ਉਹਦਾ ਕਰ ਛੱਡਦਾ ਸਹੀ ਹੈ ਤਿੰਨਾਂ ਮਨਾਂ ਦੀ ਤਾਂ ਔਰ ਤਿੰਨ ਕੁ ਵਜਨ ਨਹੀਂ ਹੋਣਾ ਜੀ ਨਾ ਰੌਲਾ ਪਾਵੇ ਮੇਰਾ ਜਿਹੜਾ ਅੰਦਾਜ਼ਾ ਨਾ ਤਿੰਨ ਕੁ ਮਨ ਵਾਲਾ ਵਜਨ ਹੁੰਦਾ ਸਹੀ ਉਹ ਘੱਟ ਜਾਂਦਾ ਮਿਸਰੀ ਹੁੰਦਾ ਅੱਛਾ ਤੇ ਤੁਸੀਂ ਬਾਹਰ ਵੀ ਰਹਿ ਕੇ ਆਏ ਹੋ ਹਾਂ ਬਾਹਰ ਵੀ ਰਹਿ ਅੱਛਾ ਉੱਥੇ ਜਿਹੜਾ ਉਹ ਵਾਕਿਆ ਹੋਇਆ ਸੀ ਉਹ ਗੱਡੀ ਵਾਲਾ ਕਾਰ ਚੁੱਕੀ ਸੀ ਜਦੋਂ ਤੁਸੀਂ ਤੇ ਉਹ ਕਿਵੇਂ ਚੁੱਕੀ ਸਾਰੀ ਉਹ ਦੱਸ ਦਿਓ ਜ਼ਰਾ ਕੀ ਹੋਇਆ ਉਦੋਂ ਹਾਂ ਹਾਂ ਉਹ ਤੇ ਲੌਂਡੀ ਕੋਲ ਇਹਨਾਂ ਦਾ ਡੇਰਾ ਸੁਸਰੇ ਥਾਂ ਉੱਥੋਂ ਉਹਨੇ ਗੱਡੀ 'ਤੇ ਬਹਿਣਾ ਉੱਥੇ ਮੇਰਾ ਡੇਰਾ ਵੱਖਰਾ ਉਹਨਾਂ ਬਣਾਇਆ ਹੁੰਦਾ ਉੱਥੇ ਉਹਨੇ ਆਉਣਾ ਉੱਥੇ ਉਹ ਪੈਸੇ ਸੇ ਹੋ ਗਈ ਉਹਦੀ ਅਤੇ ਉਹ ਤਾਂ ਮੈਂ ਚੁੱਕ ਕੇ ਨਾ ਜੀ ਅਤੇ ਮੈਂ ਕਿਹਾ ਤੇ ਲਾ ਲਾ ਪੈਸੇ 'ਚ ਪਤਾ ਲੈ ਉਦੋਂ ਤਾਂ ਜੇ ਇੰਨਾ ਖੈਰ ਕਰੇ ਹੁਣ ਤਾਂ ਢਾਂਚਾ ਹੀ ਆਉਂਦਾ ਉਦੋਂ ਖੈਰੀ ਮੇਰੀ ਦੋ ਢਾਈ ਮਨ ਦਾ ਵਜਨ ਹੁੰਦਾ ਸੀ ਜੀ ਅੰਨ ਕਰਕੇ ਅੰਨ ਕਰ ਛੱਡੇ ਹੁਣ ਤਾਂ ਕਿਤੇ ਆਖਣਾ ਨਾ ਬੰਬੇ 'ਚ ਤੇਰੀ ਗੱਲ ਕਰਦੇ ਨਾ ਢਾਂਚਾ ਬਣਾਉਣੇ ਜਾਂ ਖਾਸ ਬਣਵਾਉਣੇ ਸਾਰਾ ਕੋਈ ਬਣਾਉਣਾ ਹੁਣ ਤਾਂ ਢਾਂਚਾ ਹੀ ਰਹਿ ਗਿਆ ਚਲੋ ਸਹੀ ਹੈ ਤੁਹਾਡੀ ਬੜੀ ਮਿਹਰਬਾਨੀ ਤੁਸੀਂ ਮਿਹਰਬਾਨੀ ਤੁਹਾਡੀ